ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਿਆਂ ਦਾ ਕੇਸ ਜਿਹੜਾ ਜ਼ਮਾਨਤ ਸੀ ਉਹ ਅੱਜ ਲਿਸਟ ਹੋਈ ਸੀ। ਸੋ ਮਾਣਯੋਗ ਹਾਈ ਕੋਰਟ ਦੇ ਵਿੱਚ ਲੰਬੀਆਂ ਦਲੀਲਾਂ ਤੋਂ ਬਾਅਦ ਸਾਡੀ ਜਿਹੜੀ ਜ਼ਮਾਨਤ ਐਪਲੀਕੇਸ਼ਨ ਸੀ ਉਹ ਸਾਡੀ ਮਨਜ਼ੂਰ ਕਰ ਲਈ ਗਈ ਹੈ, ਅਲਾਊਡ ਹੋ ਗਈ ਹੈ। ਸੋ ਉੱਥੇ ਜਿੱਥੇ ਇੱਕ ਲੰਮਾ ਜ਼ਿਰਾ ਚੱਲੀ ਸਾਡੀ ਕਚਹਿਰੀ ਦੇ ਵਿੱਚ, ਬਟ ਉੱਥੇ ਨਾਲ ਨਾਲ ਜਿਹੜਾ ਇਹਨਾਂ ਦਾ ਪੱਖ ਸੀ ਉਹ ਜੱਜ ਸਾਹਿਬ ਨੂੰ ਦੱਸਿਆ ਗਿਆ ਕਿ ਇਹਦਾ ਜਦੋਂ 12 ਤਰੀਕ ਦਾ ਇਹ ਵਕਵਾ ਦੱਸ ਰਹੀ ਹੈ ਫਤਿਹਗੜ੍ਹ ਸਾਹਿਬ ਪੁਲਿਸ, ਪਿਛਲੇ ਦਿਨਾਂ 'ਚ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਸਹੁਰੇ ਪਰਿਵਾਰ ਨਾਲ ਆਪਸੀ ਝਗੜਾ ਹੋ ਗਿਆ ਸੀ ਅਤੇ ਧਾਰਾ 307 ਵਗੈਰਾ ਪਹਿਲਾਂ ਉਹਨਾਂ ਦੇ ਪਰਿਵਾਰ ਸਹੁਰੇ ਪਰਿਵਾਰ ਵੱਲੋਂ ਸਾਡੇ ਬਾਬਾ ਜੀ ਅਤੇ ਹੋਰ ਬੰਦਿਆਂ 'ਤੇ ਰਜਿਸਟਰਡ ਕੀਤਾ ਗਿਆ ਪਰਚਾ। ਬਟ ਦੂਜੇ ਦਿਨ ਜਦੋਂ ਉਹ ਵੀਡੀਓ ਹੋਸਪਿਟਲ ਦੀ ਆਈ ਜਿਹਦੇ 'ਚ ਕਲੀਅਰਲੀ ਇਹ ਦੇਖਿਆ ਗਿਆ ਕਿ ਇਹਨਾਂ ਦਾ ਜਿਹੜਾ ਇੱਕ ਰਿਸ਼ਤੇਦਾਰ ਬ੍ਰਦਰ ਇਨ ਲਾਅ ਸੀਗਾ, ਇਹਨਾਂ ਦਾ ਸਾਲਾ ਜਿਹੜਾ ਉਹ ਗੱਡੀ ਚਲਾ ਰਿਹਾ ਅਤੇ ਕੁਝ ਬੰਦਿਆਂ ਨੇ ਇਹਨਾਂ ਦੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਬੜੇ ਕਿਸਮਤ ਦੇ ਨਾਲ ਬਾਬਾ ਜੀ ਉਹਦੇ ਵਿੱਚੋਂ ਬਚੇ। 307 ਧਾਰਾ ਥੱਲੇ ਦੂਜੀ ਪਾਰਟੀ 'ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਸੀ। ਹੁਣ ਸਵਾਲ ਇੱਥੇ ਸੀ ਕਿ ਉਸ ਜਿਸ ਦਿਨ ਆ ਕੇ ਇਹਨਾਂ ਨੇ ਧਾਵਾ ਹੋਸਪਿਟਲ 'ਚ ਮਾਰਿਆ ਦੂਜੀ ਪਾਰਟੀ ਨੇ, ਉਸ ਦਿਨ ਬਾਬਾ ਜੀ ਦਾ ਖੱਬਾ ਜਬਾੜਾ ਜਿਹੜਾ ਉਹ ਮਾਰਕੁੱਟ ਦੇ ਦੌਰਾਨ ਇਹਨਾਂ ਨੇ ਤੋੜਤਾ, ਬਾਅਦ ਵਿੱਚ ਇਹਨਾਂ ਨੂੰ ਇੱਥੋਂ ਰੈਫਰ ਕਰਕੇ ਸੈਕਟਰ 32 ਚੰਡੀਗੜ੍ਹ ਭੇਜਿਆ ਗਿਆ, ਜਿੱਥੇ ਜਿਹੜੇ ਇਲਾਜ ਡਾਕਟਰ ਜਿਹੜਾ ਸਰਜਨ ਹੈ ਉਹ ਤਾਂ ਇਹ ਲਿਖ ਰਿਹਾ ਕਿ ਇਹਨੂੰ ਸਰਜਰੀ ਦੀ ਲੋੜ ਹੈ, ਨੀਡ ਸਰਜਰੀ, ਅਤੇ ਫ੍ਰੈਕਚਰ ਜਿਹੜਾ ਸੀਗਾ ਉਹ ਖੱਬਾ ਜਿਹੜਾ ਜਬਾੜਾ ਸੀਗਾ ਉਹਨਾਂ ਨੇ ਕਿਹਾ ਕਿ ਇਹ ਫ੍ਰੈਕਚਰ ਹੈ, ਬਟ ਇਹਨਾਂ ਨੇ ਉਹਦਾ ਜਿਹੜਾ ਫ੍ਰੈਕਚਰ ਦੀ ਸਰਜਰੀ ਕਰਾਉਣ ਦੀ ਬਜਾਏ ਉਹਨਾਂ ਦੀ ਉੱਥੇ ਹੀ ਐਪਰੀਹੈਂਡ ਕਰ ਲਿਆ, ਦੀ ਅਰੈਸਟ ਪਾ ਲਈ, ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਰਿਮਾਂਡ 'ਤੇ ਜ਼ੋਰ ਲਾਇਆ ਕਿ ਇਹ ਜਿਹੜਾ ਹਿਊਮਨਟੇਰੀਅਨ ਗਰਾਊਂਡ 'ਤੇ ਪਹਿਲਾਂ ਇਲਾਜ ਤਾਂ ਕਰਾ ਲਓ ਫਿਰ ਉਹਦਾ ਰਿਮਾਂਡ ਵੀ ਲੈਣੇ। ਸੋ ਬਾਅਦ ਵਿੱਚ ਜਦੋਂ ਇਹਨਾਂ ਨੇ ਇਲਾਜ ਨਹੀਂ ਕਰਾਇਆ ਸੈਂਟਰਲ ਜੇਲ੍ਹ ਪਟਿਆਲੇ ਇਹਨਾਂ ਨੂੰ ਰੱਖਿਆ ਗਿਆ। ਸੋ ਸੈਂਟਰਲ ਜੇਲ੍ਹ ਪਟਿਆਲੇ ਵੀ ਇਹ ਖਾਨਾ ਪੂਰਤੀ ਕਦੀ ਪੇਨ ਕਿਲਰ ਦੇ ਦਿੱਤੀ, ਕਦੀ ਕੁਛ ਕਰਤਾ, ਬਟ ਜੇਲ੍ਹ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਤਾਂ ਜ਼ਰੂਰ ਹੁੰਦਾ ਹੈ ਬਟ ਉਹ ਸਪੈਸ਼ਲਿਸਟ ਨਹੀਂ ਹੁੰਦਾ, ਨਾ ਉਹ ਡੈਂਟਲ ਸਰਜਨ ਸੀ, ਨਾ ਉਹ ਜ਼ਿਆਦਾ ਤਾਂ ਸਪੈਸ਼ਲ ਸਰਜਨ ਹੁੰਦੇ ਨੇ ਜਿਹੜੇ MDS ਹੁੰਦੇ ਨੇ ਡਾਕਟਰਸ, ਠੀਕ ਹੈ। ਸੋ ਉੱਥੇ ਜੇਲ੍ਹ ਦਾ ਸਾਡੇ ਕੋਲ ਬ੍ਰਦਰ ਦੱਸਣਗੇ, ਉਹ ਰਿਕਾਰਡ ਹੈ ਸਾਡੇ ਕੋਲ ਜਿਹੜਾ ਅਸੀਂ ਮਾਨਸੋ ਕੋਰਟ ਦੇ ਵਿੱਚ ਦੱਸਿਆ। ਸੋ 2 ਮਿੰਟ ਦੇਖੋ, ਮੈਂ ਇੱਥੇ ਇੱਕ ਗੱਲ ਜ਼ਰੂਰ ਵਿੱਚ ਐਡ ਆਨ ਕਰਨੀ ਚਾਹੁੰਦਾ ਹਾਂ ਵੀ ਅਸੀਂ ਜਦੋਂ ਫਤਿਹਗੜ੍ਹ ਸਾਹਿਬ ਸੈਸ਼ਨ ਕੋਰਟ ਦੇ ਵਿੱਚ ਬੇਲ ਐਪਲੀਕੇਸ਼ਨ ਅਸੀਂ ਲਗਾਈ ਸੀਗੀ ਤਾਂ ਉਦੋਂ ਜੇਲ੍ਹ ਅਥਾਰਟੀਜ਼ ਦੇ ਵੱਲੋਂ ਇੱਕ ਸਾਨੂੰ ਜਿਹੜਾ ਸਟੇਟਸ ਰਿਪੋਰਟ ਮਾਨਸੋ ਕੋਰਟ ਨੇ ਮੰਗਿਆ ਉਹਦੇ 'ਚ ਦੱਸਿਆ ਗਿਆ। ਹੁਣ ਉਹਦੇ 'ਚ ਕੀ ਦੱਸਿਆ ਗਿਆ, ਨਟਸ਼ਲ ਜੇ ਗੱਲ ਕਰੀਏ ਤਾਂ 22 ਅਗਸਤ, 28 ਅਗਸਤ, 29 ਅਗਸਤ, 4 ਸਤੰਬਰ, 6 ਸਤੰਬਰ ਅਤੇ 7 ਸਤੰਬਰ, ਸੋ ਇਹ ਉਹ ਡੇਟਸ ਨੇ ਜਦੋਂ ਬਕਾਇਦਾ ਉਹ ਇੱਕ ਰੈਫਰੈਂਸ ਹੋਇਆ ਵੀ ਇਹਨੂੰ ਰਜਿੰਦਰਾ ਜਿਹੜਾ ਹੋਸਪਿਟਲ ਹੈ ਪਟਿਆਲਾ ਵੀ ਉੱਥੇ ਲਿਜਾਇਆ ਜਾਵੇ ਅਤੇ ਉੱਥੇ ਲਿਜਾ ਕੇ ਇਹਨਾਂ ਦਾ ਬਕਾਇਦਾ ਜਿਹੜਾ ਟ੍ਰੀਟਮੈਂਟ ਹੈ, ਜਿਹੜੀ ਸਰਜਰੀ ਹੈ ਉਹ ਜਿਹੜੀ ਉਹ ਕਰਵਾਈ ਜਾਵੇ। ਪਰ ਇਹਨਾਂ ਦੀ ਇੱਥੇ ਬਿਲਕੁਲ ਮੈਂ ਕਹਾਂਗਾ ਕਿ ਇੱਥੇ ਇਹਨਾਂ ਦੀ ਆਪਣੇ ਆਪ ਇੱਥੇ ਇਟਸੈਲਫ ਡਿਪਿਕਟ ਕਰ ਰਹੀ ਹੈ ਕਿ ਇਹਨਾਂ ਦੇ ਕੋਲ ਜਿਹੜਾ ਪ੍ਰਬੰਧ ਸੀ ਉਹਨਾਂ ਨੂੰ ਲੈ ਕੇ ਜਾਣ ਦਾ ਜਾਂ ਸਰਜਰੀ ਕਰਵਾਉਣ ਦਾ ਉਹ ਬਿਲਕੁਲ ਉੱਥੇ ਫੇਲੀਅਰ ਹੋ ਗਿਆ। ਸੋ ਸਾਡਾ ਫਾਈਨਲੀ ਸਾਡਾ ਇਹ ਸੀ ਵੀ ਜਿਹੜੇ ਸਾਡੇ ਬੇਸਿਕ ਸਾਡੇ ਰਾਈਟਸ ਨੇ ਉਹ ਭਾਵੇਂ ਹਜੇ FIR ਹੋਇਆ ਗੁਰਵਿੰਦਰ ਸਿੰਘ ਖੇੜੀ ਵਾਲਾ ਬਾਬਾ ਜਿਹੜਾ ਉਹ ਪਟਿਆਲੇ ਜੇਲ੍ਹ 'ਚ ਹੈ ਭਾਵੇਂ ਬਾਹਰ ਹੈ, ਐਂਡ ਉਹਨੂੰ ਜਿਹੜਾ ਵੀ ਕੋਈ ਬੰਦਾ ਹੈ ਉਹਦੇ ਪਹਿਲਾਂ ਫਸਟ ਰਾਈਟਸ ਇਹ ਨੇ, ਪਿਛਲੇ 2 ਮਹੀਨਿਆਂ ਤੋਂ ਕਦੀ ਉਹਦਾ ਰਿਮਾਂਡ, ਕਦੀ ਉਹਨੂੰ ਫਲਾਣਾ, ਕਦੀ ਢਮਕਾਣਾ, ਉਹ ਯਾਰ 2 ਮਹੀਨਿਆਂ ਤੋਂ ਅੱਜ ਤੱਕ ਜਿਵੇਂ ਐਡਵਾਈਸ ਫੋਰ ਸਰਜਰੀ ਲਿਖਿਆ ਸੀ 2 ਮਹੀਨਿਆਂ ਤੋਂ ਉਹਦੀ ਜਿਹੜੀ ਜਬਾੜਾ ਸੀ ਉਹ ਫ੍ਰੈਕਚਰ ਹੀ ਹੈ ਅਤੇ ਹਜੇ ਤੱਕ ਤੜਫਦੇ ਨੂੰ ਕਿਤੇ ਇਹ ਨਹੀਂ ਕੀਤਾ ਇਨਵੈਸਟੀਗੇਸ਼ਨ ਏਜੰਸੀ ਨੇ ਵੀ ਅਸੀਂ ਜਾ ਕੇ ਇਹਦਾ ਜਿਹੜਾ ਅਸੀਂ ਟ੍ਰੀਟਮੈਂਟ ਹੈ ਜਵਾੜੇ ਦੀ ਅਸੀਂ ਸਰਜਰੀ ਕਰਾ ਦਈਏ। ਸੋ ਅੱਜ ਇਹ ਜਿਹੜੀਆਂ ਦਲੀਲਾਂ ਸੀਗੀਆਂ ਸਾਰੀਆਂ ਅਸੀਂ ਓਨਰੇਬਲ ਆਰਗੂਮੈਂਟਸ ਆਪਣੇ ਜਿਹੜੇ ਸੀ ਰਿਸਪੈਕਟਫੁੱਲ ਤਰੀਕੇ ਦੇ ਨਾਲ ਅਸੀਂ ਓਨਰੇਬਲ ਕੋਰਟ ਦੇ ਵਿੱਚ ਰੱਖੇ। ਸੋ ਮਾਣਯੋਗ ਕੋਰਟ ਨੇ ਸਾਡੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੂੰ ਇੰਟਾਇਰ ਮੈਡੀਕਲ ਜਿਹੜੀ ਆਪਣਾ ਬੇਲ ਕਹਿ ਦਿੰਦੇ ਹਾਂ ਉਹ ਸਾਡੀ ਜਿਹੜੀ ਉਹ ਅਲਾਊ ਕੀਤੀ ਹੈ, ਤਾਂ ਇੰਨਾ ਹੀ ਅਸੀਂ ਦੱਸਣਾ।